are watching Channel Y. Channel Y, a South Asian Canadian channel. ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆ 'ਚ ਭਾਈਚਾਰਕ ਅਤੇ ਧਾਰਮਿਕ ਸਦਭਾਵਨਾ ਦੀ ਮਿਸਾਲ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਇੱਕ ਹੀ ਕੰਪਲੈਕਸ 'ਚ ਮਸਤਗੜ੍ਹ ਸਾਹਿਬ ਗੁਰਦੁਆਰਾ ਵੀ ਹੈ ਅਤੇ 300 ਸਾਲ ਪੁਰਾਣੀ ਸਫੈਦ ਚਿੱਟੀਆ ਮਸਜਿਦ ਵੀ ਹੈ। ਜਾਣਕਾਰੀ ਅਨੁਸਾਰ ਮਸਜਿਦ 'ਚ ਨਮਾਜ਼ ਅਦਾ ਕਰਨ ਆਉਂਦੇ ਲੋਕ ਨਮਾਜ਼ ਅਦਾ ਕਰਨ ਮਗਰੋਂ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਲਈ ਜਾਂਦੇ ਨੇ। ਦੂਜੇ ਪਾਸੇ ਜੋ ਸਿੱਖ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਆਉਂਦੇ ਨੇ ਉਹ ਮਸਜਿਦ ਵਿੱਚ ਵੀ ਜ਼ਰੂਰ ਜਾਂਦੇ ਨੇ। ਦੱਸ ਦਈਏ ਕਿ ਮਸਜਿਦ ਦੀ ਸਫਾਈ ਤੋਂ ਲੈ ਕੇ ਮੁਰੰਮਤ ਤੱਕ ਦਾ ਸਾਰਾ ਕੰਮ ਗੁਰਦੁਆਰੇ ਦੇ ਗ੍ਰੰਥੀ ਜੀਤ ਸਿੰਘ ਖੁਦ ਵੇਖਦੇ ਨੇ। ਆਲੇ ਦੁਆਲੇ ਦੇ 52 ਪਿੰਡਾਂ ਦੀ ਜ਼ਮੀਨ ਬਾਬਾ ਅਰਜਨ ਸਿੰਘ ਜੀ ਨੇ ਮਹਾਰਾਜਾ ਪਟਿਆਲਾ ਤੋਂ ਵਾਪਸ ਦਿਵਾਈ ਸੀ। ਸਾਰੇ ਪਿੰਡਾਂ ਦੇ ਲੋਕ ਮਸਜਿਦ ਦੀ ਦੇਖਭਾਲ ਅਤੇ ਰੱਖ ਰਖਾਵ ਲਈ ਆਪਣੀ ਕਮਾਈ ਦਾ 10ਵਾਂ ਹਿੱਸਾ ਕੱਢਦੇ ਨੇ। ਗ੍ਰੰਥੀ ਨੇ ਦੱਸਿਆ ਕਿ ਸਿੱਖਾਂ ਦੇ ਧਾਰਮਿਕ ਨੇਤਾ ਅਰਜੁਨ ਸਿੰਘ ਸੋਢੀ ਨੇ ਮਸਜਿਦ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਸੀ। ਮਸਜਿਦ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 21ਵੀਂ ਸਦੀ ਤੱਕ ਰਿਹਾ। ਫਿਰ ਉੱਥੇ ਕਮਰਾ ਬਣਾਇਆ ਗਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਲੱਗਾ ਅਤੇ ਹੁਣ 2018 ਤੋਂ ਨਵੇਂ ਗੁਰਦੁਆਰਾ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ। ਹਾਂਜੀ, ਇਹ ਜਿਹੜੀ ਮਸਜਿਦ ਹੈ ਜੀ, ਇਹ ਮਤਲਬ ਕਾਫੀ ਸਮਾਂ ਪੁਰਾਣੀ ਹੈ, ਮਤਲਬ ਘੱਟੋ ਘੱਟ 350-400 ਸਾਲ ਦੀ ਇਹ ਇਮਾਰਤ ਹੈ ਜੀ ਬਣੀ ਹੋਈ। ਵੀ ਇਹ ਜਿਹੜੀ ਮਸਜਿਦ ਸੀਗੀ, ਇਹਨੂੰ ਕਹਿੰਦੇ ਸੀ ਜੁੰਮਾ ਮਸਜਿਦ। ਜੁੰਮੇ ਵਾਲੇ ਦਿਨ ਜੀ ਇੱਥੇ ਨਵਾਜ਼ ਪੜ੍ਹੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਫਿਰ ਇੱਥੇ ਬਾਬਾ ਅਰਜਨ ਸਿੰਘ ਸੋਢੀ ਆਏ, ਉਹਨਾਂ ਨੇ ਇਹ ਬੀਆਬਾਨ ਪਈ ਸੀਗੀ ਮਸਜਿਦ, ਇਹਦੀ ਸਫਾਈ ਵਗੈਰਾ ਕਰਾ ਕੇ ਇਹਦੇ ਅੰਦਰ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰੇ ਗਏ ਅਤੇ ਸ੍ਰੀ ਆਪਣੇ ਅਖੰਡ ਪਾਠ ਸਾਹਿਬ ਦੀ ਲੜੀ ਚਲਾਈ ਗਈ। ਅਤੇ ਇਸ ਤਰ੍ਹਾਂ ਇਹ ਪਰੰਪਰਾ ਘੱਟੋ ਘੱਟ 52 ਪਿੰਡ ਜਿਹੜੇ ਇਸ ਦੇ ਨਾਲ ਜੁੜੇ ਹੋਏ ਸੀਗੇ, ਉਹ ਫਿਰ ਆਪਣੀਆਂ ਜਦੋਂ ਬਾਬਾ ਜੀ ਰਹਿੰਦੇ ਸੀ ਅਰਜਨ ਸਿੰਘ ਸੋਢੀ, ਉਹ ਆਪਣੀ ਫਿਰ ਰਸ ਲੈ ਕੇ ਆਉਂਦੇ ਸੀ ਦਸਵੰਧ ਕੱਢ ਕੇ ਆਪਣਾ, ਉਸ ਦੇ ਵਿੱਚੋਂ ਫਿਰ ਇੱਥੇ ਲੰਗਰ ਚੱਲਦਾ ਸੀ ਸ਼ਹੀਦੀ ਜੋੜ ਮੇਲੇ ਨੂੰ। ਬਾਕੀ ਉਸੇ ਤਰ੍ਹਾਂ ਪਰੰਪਰਾ ਚੱਲ ਰਹੀ ਹੈ ਅਤੇ ਸੰਗਰਾਂਦ ਵਾਲੇ ਦਿਨ ਆਪੋ ਆਪਣੀਆਂ ਸ਼ਰਧਾਂ ਲੈ ਕੇ ਲੋਕ ਆਉਂਦੇ ਹਨ ਅਤੇ ਸ੍ਰੀ ਸਹਿਜ ਪਾਠ ਦਾ ਭੋਗ ਪਾ ਕੇ ਉਪਰੰਤ ਲੰਗਰ ਲਾਇਆ ਜਾਂਦਾ ਹੈ। ਅਤੇ ਇਸੇ ਤਰ੍ਹਾਂ ਫਿਰ ਇਹਦੀ ਜਿਹੜੀ ਮਸੀਤ ਹੈ ਜੀ, ਸੇਵਾ ਸੰਭਾਲ ਨਾਲ ਦੀ ਨਾਲ ਚੱਲ ਰਹੀ ਹੈ ਜੀ, ਜਿੰਨੀ ਕੁ ਆਪਾਂ ਤੋਂ ਹੁੰਦੀ ਹੈ ਉਸ ਤਰ੍ਹਾਂ ਆਪਾਂ ਕਰੀ ਜਾਂਦੇ। ਮਸੀਤ ਹੈ ਕਿਹੜੀ, ਕਿਸ ਇਤਿਹਾਸ ਦੇ ਪੰਨਿਆਂ 'ਚੋਂ ਕੀ ਇਹਦਾ ਜੁੜਾ ਹੈ? ਇਹ ਮਤਲਬ ਜਿਹੜੀ ਮਸੀਤ ਹੈ, ਇਸ ਤਰ੍ਹਾਂ ਵੀ ਦੱਸਦੇ ਹਾਂ ਇਤਿਹਾਸ ਦੇ ਵਿੱਚ ਵੀ ਜਿਹੜੇ ਕਾਜ਼ੀ ਨੇ ਫਤਵਾ ਪੜ੍ਹ ਕੇ ਸੁਣਾਇਆ ਸੀਗਾ, ਉਸ ਕਾਜ਼ੀ ਦੀ ਇੱਥੇ ਰਹਿਸ਼ ਸੀ, ਉਹ ਕਾਜ਼ੀ ਇੱਥੇ ਰਹਿੰਦਾ ਸੀਗਾ ਗੁਰੂ ਸਾਹਿਬ ਦੇ ਬੱਚਿਆਂ। ਹਾਂ, ਗੁਰੂ ਸਾਹਿਬ ਦੇ ਬੱਚਿਆਂ ਨੂੰ ਜਦੋਂ ਫਿਰ ਉਹਨਾਂ ਨੂੰ ਆਖਿਆ ਵੀ ਤੁਸੀਂ ਫਤਵਾ ਪੜ੍ਹ ਕੇ ਸੁਣਾਓ, ਅਤੇ ਉਹ ਫਿਰ ਮੁਸਲਿਮ ਸਰਾ ਦੇ ਜਦੋਂ ਉਹਨਾਂ ਨੇ ਆਪਣਾ ਫਤਵਾ ਪੜ੍ਹ ਕੇ ਸੁਣਾਇਆ ਵੀ ਕਹਿੰਦੇ ਵੀ ਜਿਹੜੀ ਮੁਸਲਿਮ ਸਰਾ ਹੈ ਬੱਚਿਆਂ ਨੂੰ ਸਜ਼ਾ ਦੇਣ ਦੇ ਹੱਕ 'ਚ, ਵੀ ਇਹਨਾਂ ਨੂੰ ਕੋਈ ਸਜ਼ਾ ਨਹੀਂ ਦੇਣੀ ਚਾਹੀਦੀ। ਇਸ ਕਰਕੇ ਉਹ ਜਿਹੜਾ ਕਾਜ਼ੀ ਸੀ ਵੀ ਉਹ ਕਾਜ਼ੀ ਦੀ ਐਸੇ ਰਹਿਸ਼। ਠੀਕ ਹੈ, ਹਾਂਜੀ, ਇਹ ਵੀ ਇਤਿਹਾਸ ਦੇ ਵਿੱਚ ਦੱਸਦੇ ਹਨ। ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕੋ ਥਾਂ ਮਸਜਿਦ ਅਤੇ ਗੁਰਦੁਆਰਾ ਸਾਹਿਬ ਸਾਨੂੰ ਆਪਸੀ ਭਾਈਚਾਰੇ ਮੇਲ ਜੋਲ ਦਾ ਸੰਦੇਸ਼ ਦਿੰਦੀ ਹੈ। ਜ਼ਰੂਰਤ ਹੈ ਸਾਨੂੰ ਆਪਣੇ ਵੱਡਿਆਂ ਵੱਲੋਂ ਦਿਖਾਏ ਮਾਰਗ ਉੱਤੇ ਹੁਣ ਚੱਲਣ ਦੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚੈਨਲ ਵਾਈ ਦੇ ਲਈ ਬਹਾਦਰ ਸਿੰਘ ਟਮਾਣਾ ਦੀ ਰਿਪੋਰਟ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।